ਮੈਂ 5 ਮਿੰਟ ਦੀ ਫਿਲਮ ਐਵੇਂ ਦੇਖੀ ਵਿਦਆਊਟ ਸਾਊਂਡ ਸਟਿਲ ਆਈ ਐਨਜੋਇਡ ਆਲ ਆਫ ਅ ਸਡਨ ਰੈਂਡਮਲੀ ਮੈਨੂੰ ਇੱਕ ਕਮੈਂਟ ਆਇਆ ਲਾਈਕ ਮਾਈ ਫੇਸਬੁੱਕ ਵਾਸ ਔਨ ਤੇ ਉਹਦੇ ਵਿੱਚ ਪੜਿਆ ਸਰ ਆਪ ਉਹ ਗੱਲ ਬਨ ਗਈ ਵਾਲੇ ਸਰਦਾਰ ਜੀ ਹੋ ਉਹ ਸਮ ਰੈਂਡਮ ਗਾਇਸ ਸੰਗੀਤ ਨਾਮ ਦਾ ਵੀ ਪਤਾ ਸੀ ਮੈਂ ਕਿਹਾ ਹਾਂਜੀ ਸਰ ਇੱਕ ਆਪਕੋ ਮੈਂ ਬਾਤ ਬਤਾਨੀ ਹੈ ਤੋ ਕੈਨ ਯੂ ਪਲੀਜ਼ ਗਿਵ ਯੂਅਰ 1 ਮਿੰਟ ਇਟ ਵਾਸ ਲਾਈਕ ਹੀ ਵਾਸ ਟਾਈਪਿੰਗ ਹਾਂਜੀ ਸਰ ਆਪਣੇ ਉਹ ਜੋ ਕਨਸੈਪਟ ਬਣਾਇਆ ਹੈ ਨਾ ਤੋ ਐਸਾ ਮੈਨੇ ਆਪਣੀ ਬਹਿਨ ਕੇ ਸਾਥ ਕੀਆ ਤੋ ਵੋ ਇਤਨਾ ਖੁਸ਼ ਹੋਈ ਕਿ ਮੈਨੇ ਉਸਕੋ ਜਿਤਨੇ ਵੀ ਮਿਠਾਈ ਕੇ ਡੱਬੇ ਦੀਏ ਥੇ ਉਸਨੇ ਉਹ ਸਾਰੇ ਕੇ ਸਾਰੇ ਡੱਬੇ ਰਿਜੈਕਟ ਕਰ ਦੀਏ ਉਸਨੇ ਬੋਲਾ ਭਈਆ ਮੈਂ ਕੋਈ ਆਈਫੋਨ ਲਾ ਦੋ ਮਿਠਾਈ ਮਿਠਾਈ ਕੋ ਛੋੜ ਦੋ ਮਤਲਬ ਉਹ ਜਿਹੜਾ ਮੂਮੈਂਟ ਉਹਦੇ ਵਾਸਤੇ ਸੀਗਾ ਉਹ ਦੈਟ ਵਾਸ ਵੈਰੀ ਸਪੈਸ਼ਲ ਦੈਟ ਵਾਸ ਵੈਰੀ ਵੈਰੀ ਮੈਮੋਰੇਬਲ ਮੂਮੈਂਟ ਅਤੇ ਹੀ ਇਨਫੈਕਟ ਥੈਂਕ ਮੀ ਸਰ ਆਪਣੇ ਅੱਛਾ ਕੀਆ ਉਹ ਫਿਲਮ ਬਣਾ ਕੇ ਤੋ ਮੇਰੀ ਬਹਿਨ ਉਸ ਫਿਲਮ ਕੋ ਦੇਖ ਕੇ ਬਹੁਤ ਖੁਸ਼ ਹੋਈ ਬਿਕੋਜ਼ ਜਨਰਲੀ ਅਸੀਂ ਕੀ ਕਰਦੇ ਹੈਗੇ ਹਾਂ ਅਸੀਂ ਭੈਣਾਂ ਨੂੰ ਖੁਸ਼ ਕਰ ਦਿੰਦੇ ਹਾਂ ਵੀ ਠੀਕ ਹੈ ਜੀ ਰੱਖੜੀ ਹੈ ਤਾਂ ਚੱਲ ਤੈਨੂੰ ਪੈਸੇ ਦੇ ਦਿੱਤੇ ਤੈਨੂੰ ਸੂਟ ਲੈ ਕੇ ਦੇ ਦਿੱਤਾ ਅਤੇ ਇਸ ਫਿਲਮ ਦੇ ਵਿੱਚ ਮੁੰਡੇ ਨੂੰ ਰਿਸ਼ਵਤ ਮਿਲ ਗਈ ਅਤੇ ਦੈਟ ਵਾਸ ਸਮਥਿੰਗ ਯੂ ਨੋ ਡਿਫਰੈਂਟ ਅਤੇ ਮੁੰਡਾ ਕਹਿੰਦਾ ਜੀ ਆਪਨੇ ਮੇਰੇ ਪੈਸੇ ਤਾਂ ਜ਼ਰੂਰ ਖਰਚਵਾ ਦੀਏ ਪਰ ਮੇਰੀ ਬਹਿਨਾਂ ਕੋ ਜੋ ਖੁਸ਼ੀ ਹੋਈ ਉਸ ਆਈਫੋਨ 'ਤੇ ਉਸ ਖੁਸ਼ੀ ਕੀ ਜੋ ਕੀਮਤ ਹੈ ਉਹ ਮੈਂ ਅਦਾ ਨਹੀਂ ਕਰ ਪਾਊਂਗਾ ਥੈਂਕ ਮੀ ਫੋਰ ਦੈਟ ਪੋਸਟਰ ਅਸੀਂ ਫੜਿਆ ਹੋਇਆ ਫਿਲਮ ਦਾ ਅਤੇ ਅਸੀਂ ਫਿਲਮ ਤਿਆਰ ਕੀਤੀ ਸੀ ਲਾਸਟ ਈਅਰ ਗੱਲ ਬਣ ਗਈ ਅਤੇ ਫਿਲਮ ਨੂੰ ਅੱਜ 1 ਸਾਲ ਹੋ ਗਿਆ ਅਤੇ ਤੁਸੀਂ ਫਿਲਮ ਨੂੰ ਬੜਾ ਪਿਆਰ ਦਿੱਤਾ ਹੈ ਅਤੇ ਬੜਾ ਮਾਨ ਸਨਮਾਨ ਤੁਸੀਂ ਦਿੱਤਾ ਹੈਗਾ ਇਹ ਜਿਹੜੀ ਕੁੜੀ ਪਿੱਛੇ ਲੁਕੀ ਹੋਈ ਹੈ ਇਹਦਾ ਨਾਂ ਹੈਗਾ ਸ਼ਿਲਪਾ ਬੜੀ ਸੋਹਣੀ ਐਕਟਰ ਸੀਗੀ ਬੜੀ ਅੱਛੀ ਐਕਟਿੰਗ ਕਰਦੀ ਹੈ ਅਤੇ ਫਿਲਮ ਦੇ ਵਿੱਚ ਬਹੁਤ ਸੋਹਣਾ ਇਹਨੇ ਕੰਮ ਕੀਤਾ ਸੀਗਾ ਅਤੇ ਕੰਮ ਤਾਂ ਮੇਰਾ ਵੀ ਠੀਕ ਠਾਕ ਸੀਗਾ ਥੋੜ੍ਹਾ ਨਜ਼ਰ ਝਾਤੀ ਮੁੰਡੇ ਵੱਲ ਵੀ ਮਾਰ ਲਓ ਠੀਕ ਹੈ ਅਤੇ ਤੁਸੀਂ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਅਤੇ ਫਿਲਮ ਦੀ ਅੱਜ ਆਪਾਂ ਐਨੀਵਰਸਰੀ ਮਨਾ ਰਹੇ ਹੈਗੇ ਹਾਂ ਕੇਕ ਸਾਡਾ ਔਡਰ ਕੀਤਾ ਹੋਇਆ ਬੜੀ ਜਲਦੀ ਸਾਡਾ ਕੇਕ ਆ ਜਾਏਗਾ ਅਤੇ ਅਸੀਂ ਕੇਕ ਤੁਹਾਨੂੰ ਖਵਾ ਤਾਂ ਨਹੀਂ ਸਕਦੇ ਪਰ ਕੇਕ ਤੁਹਾਨੂੰ ਦਿਖਾ ਕੇ ਅਸੀਂ ਜੈਲਸ ਜ਼ਰੂਰ ਕਰਵਾ ਸਕਦੇ ਹਾਂ ਅਤੇ ਸਾਡੀ ਫਿਲਮਾਂ ਨੂੰ ਦੇਖਦੇ ਰਹੋ ਜੀ ਕਮਲ ਡਾਇਰੀ ਨੂੰ ਸਬਸਕ੍ਰਾਈਬ ਕਰੋ ਰੋਲਿੰਗ ਫਰੇਮਸ ਐਂਟਰਟੇਨਮੈਂਟ ਨੂੰ ਸਬਸਕ੍ਰਾਈਬ ਕਰੋ ਹੈਸ਼ਟੈਗ ਭਾਵੇਂ 2 ਵੀ ਲਾ ਦਿਓ ਚੱਲਣਗੇ ਅਤੇ ਕੀਪ ਵਾਚਿੰਗ ਕਮਲ ਡਾਇਰੀ ਉਹ ਮੇਰੀ ਤਾਂ ਗੱਲ ਬਣ ਗਈ ਤੁਸੀਂ ਵੀ ਆਪਣੀ ਆਪਣੀ ਗੱਲ ਬਣਾ ਲਓ ਹੈਪੀ ਰਕਸ਼ਾ ਬੰਧਨ ਜੀ